ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਅੱਜ ਤਰੀਕ 31 ਅਗਸਤ ਸਾਲ 2022 ਆਪਾਂ ਖੜ੍ਹੇ ਹਾਂ ਕਾਜ਼ਾ ਆਹ ਹੋਟਲ ਡੈਜ਼ੋਰ ਦੇ ਵਿੱਚ ਰਹੇ ਸੀ ਅਤੇ ਇੱਥੋਂ ਦੇ ਜਿਹੜੇ ਵੀਰ ਹੋਣੀ ਸੀ ਬਾਈ ਕਰਨਵੀਰ ਉਹ ਸਾਈਕਲਿਸਟ ਨੇ, ਉਹਨਾਂ ਨੇ ਦੁਨੀਆ ਘੁੰਮੀ ਆ ਤਾਂ ਕਰਕੇ ਇੱਕ ਚੰਗੀ ਮਿਚਾ ਜੀ ਰਲ ਗਈ ਸੀ ਉਹਨਾਂ ਨਾਲ ਅਤੇ ਸਾਡਾ ਰਹਿਣ ਸਹਿਣ ਸਾਰਾ ਵੀਰ ਹੋਣਾ ਵੱਲੋਂ ਹੀ ਸੀਗਾ। ਧੰਨਵਾਦੀ ਅਸੀਂ ਉਹਨਾਂ ਦੇ। ਕਦੇ ਵੀ ਮੌਕਾ ਮਿਲੇ ਤਾਂ ਡੈਜ਼ੋਰ ਹੋਟਲ ਦੇ ਵਿੱਚ ਰੁਕਿਓ। ਇਕੱਲਾ ਹੋਟਲ ਨਹੀਂ ਹੈਗਾ, ਰਹਿਣ ਵਾਲੀ ਥਾਂ ਨਹੀਂ ਹੈਗੀ, ਇੱਕ ਕੀ ਕਹਿੰਦੇ ਹੁੰਦੇ ਆ ਕਲਾ ਵਾਲਾ ਮਾਹੌਲ ਹੈ ਜਿਹੜਾ ਅੰਦਰਲਾ ਜਿਹੜਾ ਬਣਿਆ ਹੋਇਆ। ਇੱਥੋਂ ਦੀਆਂ ਬਹੁਤ ਸਾਰੀਆਂ ਪੇਂਟਿੰਗ, ਸਪੀਤੀ ਦੀਆਂ ਬਹੁਤ ਸਾਰੀਆਂ ਫੋਟੋਆਂ, ਕਮਾਲ ਦੀਆਂ ਗੱਲਾਂ ਬਾਤਾਂ ਇੱਥੇ ਆ ਕੇ ਪਤਾ ਲੱਗੂਗਾ। ਅਤੇ ਸ਼ਾਨਦਾਰ ਜਗ੍ਹਾ ਹੈ, ਦੇਖਣ ਯੋਗ ਵੀ ਹੈ, ਰਹਿਣ ਯੋਗ ਵੀ ਹੈ। ਕਦੇ ਵੀ ਮੌਕਾ ਮਿਲੇ ਹੋਟਲ ਡੈਜ਼ੋਰ ਕਾਜ਼ਾ ਦੇ ਵਿੱਚ ਜ਼ਰੂਰ ਰਿਹੋ। ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਇਹਦਾ ਲਿੰਕ ਪਾ ਦਾਂਗੇ। ਆਪਣੇ ਸਾਹਮਣੇ ਆ ਹੋਟਲ ਡੈਜ਼ੋਰ ਰੈਸਟੋਰੈਂਟ ਕਾਜ਼ਾ। ਇਹ ਚੀਜ਼ ਗੱਲਬਾਤ ਆ ਜਿਹੜੀ ਇਹ ਅੰਦਰੋਂ ਦੇਖਣ ਵਾਲੀ ਆ, ਇਹ ਬਾਈ ਕਰਨਵੀਰ ਹੋਣੀ। ਸਤਿ ਸ਼੍ਰੀ ਅਕਾਲ ਜੀ। ਕਰਨਵੀਰ ਸਿੰਘ ਬੇਦੀ, ਇਹ ਬਾਈ ਹੋਣਾਂ ਨੇ ਸਾਈਕਲ 'ਤੇ ਤਕਰੀਬਨ 19-20 ਦੇਸ਼ ਘੁੰਮੇ ਆ ਇਦੋਂ ਪਹਿਲਾਂ ਇਹਨਾਂ ਨੇ। ਅਤੇ ਜਿਹੜਾ ਇਹ ਰੈਸਟੋਰੈਂਟ ਅੰਦਰੋਂ ਦੇਖਣ ਵਾਲਾ ਮਾਹੌਲ ਆ ਆਪਾਂ ਉਹ ਦੇਖਦੇ ਹਾਂ। ਇਹਦੇ ਬਹੁਤ ਸਾਰੀਆਂ ਪੇਂਟਿੰਗਸ ਅਤੇ ਹੋਰ ਜਿਹੜਾ ਟ੍ਰੈਡੀਸ਼ਨਲ ਸਮਾਨ ਆ ਸਪੀਤੀ ਦਾ ਉਹ ਸਾਰਾ ਸਮਾਨ ਪਿਆ ਇੱਥੇ। ਜਿਵੇਂ ਇਹਨਾਂ ਨੇ ਬਾਈ ਉਹਨਾਂ ਨੇ ਸਾਈਕਲਿੰਗ ਕੀਤੀ ਆ, ਸੁਡਾਨ 2019 ਹੈ ਨਾ, ਸਾਊਥ ਰੈਨਰਾਨ 2015, ਸਾਰੀਆਂ ਫੋਟੋਆਂ ਪਈਆਂ ਇਹਨਾਂ ਦੀਆਂ। ਅਤੇ ਆਹ ਫੋਸਿਲਸ ਆ ਜਿਹੜੇ ਲਾਂਗਜ਼ਾ ਦੇ ਵਿੱਚ ਹੁੰਦੇ ਆ, ਇਹਦੀ ਕਹਾਣੀ ਥੋੜ੍ਹੀ ਜਿਹੀ ਲੰਮੀ ਹੈ, ਬਾਅਦ 'ਚ ਦੱਸਾਂਗੇ। ਅਤੇ ਆਹ ਸਾਈਕਲਿੰਗ ਕਿਊਬਾ 2017, ਬਹੁਤ ਸ਼ਾਨਦਾਰ ਆ। ਚਲੋ ਠੀਕ ਆ ਕਰਨ ਵੀਰੇ, ਸਤਿ ਸ਼੍ਰੀ ਅਕਾਲ ਬਾਈ, ਬਹੁਤ ਬਹੁਤ ਧੰਨਵਾਦ ਬਾਈ, ਖੁਸ਼ੀ ਹੋਈ ਭਰਾ ਤੁਹਾਨੂੰ ਮਿਲ ਕੇ। ਅੱਜ ਆਪਾਂ ਸਫ਼ਰ ਕਰਾਂਗੇ ਕੀ ਮੋਨੈਸਟਰੀ ਵੱਲ, ਬੋਧੀਆਂ ਦਾ ਇਤਿਹਾਸਕ ਮੰਦਰ। ਉਹ ਇੱਥੋਂ ਕੋਈ 10 ਕਿਲੋਮੀਟਰ ਦੀ ਦੂਰੀ 'ਤੇ ਹੋਣਾ। ਉਦੋਂ ਅੱਗੇ ਜਾਵਾਂਗੇ ਆਪਾਂ ਚਿਚਮ ਪੁਲ, ਦੁਨੀਆ ਦਾ ਸਭ ਤੋਂ ਉੱਚਾ ਪੁਲ, ਅਤੇ ਆਪਣੇ ਸਾਹਮਣੇ ਵਗੀ ਜਾਂਦਾ ਇਹ ਦਰਿਆ ਸਪੀਤੀ। ਅਤੇ ਆਹ ਜਿਹੜੀ ਸੜਕ ਪੁਲ ਵੱਲ ਮੁੜ ਜਾਂਦੀ ਆ, ਇਹ ਨੈਸ਼ਨਲ ਹਾਈਵੇ ਆ, ਆਪਾਂ ਸਿੱਧੇ ਜਾਣਾ, ਚੜ੍ਹਾਈ ਚੜ੍ਹਾਂਗੇ ਪਿੰਡਾਂ ਵੱਲ ਨੂੰ ਜਾਵਾਂਗੇ ਆਪਾਂ। ਅਤੇ ਇੱਥੇ ਨੇੜੇ ਤੇੜੇ ਬਹੁਤ ਸਾਰੇ ਨਿੱਕੇ ਨਿੱਕੇ ਗੌਂਪੇ ਬਣੇ ਹੋਏ ਆ। ਸਾਰੇ ਘੁੰਮਣ ਵਾਲੇ ਆ, ਰਾਹ ਰੂਹ ਦੇਖੇ ਜਾਂਦੇ ਆ। ਉਹ ਜਿੱਥੇ ਬਲਦੇਵ ਖੜ੍ਹਾ ਉੱਥੇ ਬੋਰਡ ਲੱਗਿਆ ਹੋਇਆ, ਉਹ ਬੋਰਡ ਦੇ ਉੱਤੇ ਲਿਖਿਆ ਹੋਇਆ ਲੌਸਰ ਨੂੰ ਨੈਸ਼ਨਲ ਹਾਈਵੇ ਵੀ ਜਾਂਦਾ, ਪਰ ਆਪਾਂ ਪਿੰਡਾਂ ਵਿੱਚ ਦੀ ਹੋ ਕੇ ਲੌਸਰ ਵੱਲ ਨੂੰ ਜਾਵਾਂਗੇ। ਪਿੰਡ ਇੱਧਰ ਕਿਹੜੇ ਆ, ਕਿੱਬਰ ਵਰਗੇ ਆ ਪਿੰਡ ਕਿੱਬਰ, ਅਤੇ ਬਾਕੀ ਜਿਹੜਾ ਦੱਸਿਆ ਕੀ ਮੋਨੈਸਟਰੀ ਅਤੇ ਹੋਰ ਆ। ਚੱਲੀਏ ਦੇਵ, ਹੁਣ ਹੋ ਗਈ ਭਾੜੋ ਭਾੜੀ। ਕੀ ਮੋਨੈਸਟਰੀ 10 ਕਿਲੋਮੀਟਰ ਦਾ ਬੋਰਡ ਲੱਗਾ ਦੇਵੇ ਇੱਥੇ। ਇੱਥੋਂ ਦਰਿਆ ਸਪੀਤੀ ਬਹੁਤ ਚੌੜਾ ਹੋ ਜਾਂਦਾ, ਦਰਿਆ ਚੌੜਾ ਹੋਣ ਕਰਕੇ ਇਹਦੀਆਂ ਨਿੱਕੀਆਂ ਨਿੱਕੀਆਂ ਕਈ ਫਾਟਾਂ ਬਣ ਜਾਂਦੀਆਂ। ਇਹਨਾਂ ਫਾਟਾਂ 'ਚ ਤੁਹਾਨੂੰ ਪਤਾ ਪਾਣੀ ਬਹੁਤਾ ਡੂੰਘਾ ਨਹੀਂ ਵਗਦਾ ਹੁੰਦਾ, ਤਾਂ ਕਰਕੇ ਇੱਥੇ ਗੱਡੀਆਂ ਧੋਈ ਜਾਂਦੇ ਆ, ਅਤੇ ਬਹੁਤ ਸਾਰੇ ਆ ਗੱਡੀਆਂ ਧੋਣ ਵਾਲੇ, ਉਹ ਖੜ੍ਹੇ ਆ ਇੱਧਰ ਖੜ੍ਹੇ ਆ, ਅਤੇ ਵਿੱਚ ਕੁਛ ਇੱਥੇ ਬੀਬੀਆਂ ਕੱਪੜੇ ਧੋਈ ਜਾਂਦੀਆਂ। ਪਾਣੀ ਹੁਣ ਤਾਂ ਤੋਂ ਹੀ ਮੈਲਾ ਹੋਣਾ ਸ਼ੁਰੂ ਹੋ ਜਾਂਦਾ, ਹਜੇ ਇਹ ਜਾ ਕੇ ਸਤਲੁਜ ਚਲੂਗਾ। ਸਤਲੁਜ ਦੇ ਵਿੱਚ ਅਸੀਂ ਪਿੱਛੇ ਦੇਖਿਆ ਸ਼ਹਿਰਾਂ ਦਾ ਪਾਣੀ ਸੁੱਟੀ ਜਾਂਦੇ ਆ, ਸੋ ਪਾਣੀ ਦਾ ਭਰਾਵੋ ਹੁਣ ਖਰਾਬ ਹੀ ਜਾਂਦਾ ਜਿੱਥੇ ਜਾਂਦਾ। ਮੇਨ ਸੜਕ ਛੱਡ ਕੇ ਜਦੋਂ ਆਪਾਂ ਪਿੰਡਾਂ ਨੂੰ ਜਾਂਦੇ ਹਾਂ ਤਾਂ ਨਿਰੀ ਚੜ੍ਹਾਈ ਹੁੰਦੀ ਆ। ਮੇਨ ਸੜਕ ਇੱਥੋਂ ਪੱਧਰ ਆ, ਜਿਵੇਂ ਉਹ ਸਾਹਮਣੇ ਮੈਦਾਨ ਦਿਸੀ ਜਾਂਦਾ ਉਹ ਪੱਧਰ ਆ ਨਾ, ਉਹਦੇ ਨਾਲ ਨਾਲ ਮੇਨ ਸੜਕ ਜਾਂਦੀ ਆ ਨੈਸ਼ਨਲ ਹਾਈਵੇ, ਅਤੇ ਆਪਾਂ ਚੜ੍ਹੀ ਜਾਂਦੇ ਪਹਾੜ ਵੱਲ, ਕੈਂਚੀਆਂ ਚੜ੍ਹਦੇ ਹਾਂ। ਕੀ ਇੱਥੋਂ 5 ਕਿਲੋਮੀਟਰ ਆ, ਹਿੰਦੀ 'ਚ ਲਿਖਦੇ ਆ ਕੱਕੇ ਪੈਰੀ ਹਾ ਹਾ ਕੀ, ਅਤੇ ਅੰਗਰੇਜ਼ੀ 'ਚ ਲਿਖਦੇ ਆ KEE ਲਿਖਦੇ ਆ ਦੇਵ। ਇਹ ਦਰਿਆ ਸਪੀਤੀ ਦੇ ਕੰਢੇ ਕੀ ਦੇ ਨੇੜੇ ਸਾਡੇ ਇਲਾਕੇ ਦੇ ਬਾਈ ਜੀ ਹੁਣੀ ਆਏ ਆ। ਇਹ ਬਾਈ ਹੋਣਾ ਦਾ ਪਿੰਡ ਪੰਨੀ ਵਾਲਾ, ਬਲਦੇਵ ਦੇ ਪਿੰਡ ਦੇ ਨੇੜੇ। ਤੁਹਾਡਾ ਵੀ ਪੰਨੀ ਵਾਲਾ ਜੀ, ਪਿੰਡ ਕੁੰਡਲ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਅਤੇ ਇਹਨਾਂ ਨੇ ਆਹ ਸਮਾਨ ਦਿੱਤਾ ਖਾਣ ਪੀਣ ਨੂੰ। ਇਹ ਬਾਈ ਹੁਣੀ ਚੱਲੇ ਹੋਏ ਸ਼ਿਮਲੇ ਵੱਲੋਂ, ਅਤੇ ਰਾਹ ਦੇ ਵਿੱਚ ਜਿਵੇਂ ਜਿਵੇਂ ਆਪਾਂ ਆਏ ਹਾਂ ਉਸੇ ਤਰ੍ਹਾਂ ਮਗਰ ਮਗਰ ਆਈ ਜਾਂਦੇ ਆ। ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਕਿਵੇਂ ਖੁੱਲੂ ਇਹ? ਕਾਜੂਆਂ ਤੇ ਮਸਾਲਾ ਲੱਗਿਆ। ਗਵਾਂਢੀ ਪਿੰਡ ਦੇ ਬਾਪੂ ਹਰੀ ਆਏ ਸੀ ਯਾਰ, ਮਾੜੀ ਚੀਜ਼ ਦੇ ਜਾਂਦੇ। ਗਵਾਂਢੀ ਪਿੰਡ ਦੇ ਬਾਪੂ ਹਰੀ, ਗੱਲ ਪੱਕੀ ਆ ਬਾਈ। ਸਾਡੇ ਮਾਲਵੇ ਦੇ ਵਿੱਚ ਸਾਰੀ ਉਮਰ ਦੇ ਬੰਦਿਆਂ ਨੂੰ ਬਾਈ ਕਿਹਾ ਜਾਂਦਾ ਹੈ ਨਾ ਦੇਵੇ ਬਾਈ। ਬਾਈ ਮੂੰਹ ਬਾਈ ਕਿਹੋ ਜਿਹਾ ਕੋਮਨ ਸ਼ਬਦ ਜਿਹਨੂੰ ਮਰਜ਼ੀ ਕਹਿ ਦਿਓ ਬਾਈ, ਕੋਮਨ ਸ਼ਬਦ ਆ ਸ਼ਬਦ। ਮੈਂ ਕਈ ਪਿਓ ਨੂੰ ਬਾਈ ਕਹਿੰਦੇ ਆ ਬਾਈ, ਕਹਿੰਦੇ ਆਪਣੇ ਬਾ ਬਾਈ ਵੀ ਕਹਿੰਦੇ ਪਿਓ ਨੂੰ। ਆ ਕੀ ਦੇਵੇ ਖੋਲੀ ਬਾਈ, ਕੀ ਬਾਤ ਹੈ, ਭੁੱਖ ਵੀ ਲੱਗੀ ਸੀ। ਨਾਸ਼ਪਤੀ ਸੀ ਆ, ਨਾਸ਼ ਦੰਦੀ ਪੜ ਕੇ ਦੇਖੀ
ਜਨਮਜੋਤ ਸਿੰਘ ਜੱਫਾ ਸੀ ਨਹੀਂ ਉਹ ਹੋਰ ਆ ਦੂਰ ਇਥੋਂ ਸਾਹਮਣੇ ਕੁਝ ਘਰ ਦੀ ਸੀ ਜਾਂਦੇ ਆ ਉਹ ਆ ਕੀ ਕੀ ਮਨੈਸਟਰੀ ਆਪਾਂ ਪਹੁੰਚਣ ਵਾਲੇ ਆ ਇਥੋਂ 3 ਕਿਲੋਮੀਟਰ ਦੂਰ ਰਹਿ ਗਏ ਕੀ ਮਨੈਸਟਰੀ ਤੋਂ ਆਪਾਂ ਸਾਹਮਣੇ ਨਿਗੀ ਨਿਗਾਹ ਪਈ ਜਾਂਦਾ ਪਿੰਡ ਕੀ ਸੜਕ ਜਿਹੜੀ ਆ ਹੁਣ ਆਪਾਂ ਥੱਲੇ ਉਤਰਾਂਗੇ ਥੱਲੇ ਉਤਰ ਕੇ ਫਿਰ ਨਾਲ ਦੀ ਨਾ ਤਾਂ ਨੂੰ ਚੜਾਂਗੇ ਵਿਚਾਲੇ ਟੋਆ ਬਣੀ ਜਾਂਦਾ ਅਤੇ ਜਾ ਕੇ ਦੇਖਦੇ ਹਾਂ ਆਪਾਂ ਇੱਥੋਂ ਦੀ ਮਨੈਸਟਰੀ ਕੱਲ੍ਹ ਪਰਸੋਂ ਵੀਡੀਓ ਦੇ ਵਿੱਚ ਆਪਾਂ ਇਹਦੀ ਗੱਲ ਕਰਦੇ ਸੀ ਸਨੋਅ ਲੈਪੜ ਦੀ ਇਹ ਹੁੰਦਾ ਸਨੋਅ ਲੈਪੜ ਅਤੇ ਬਰਫਾਂ ਵੇਲੇ ਇਹ ਕਹਿੰਦੇ ਵੀ ਸੜਕਾਂ ਦੇ ਨੇੜੇ ਤੇੜੇ ਆ ਜਾਂਦਾ ਹੁੰਦਾ ਊਂ ਇਹ ਬਹੁਤ ਉੱਚੇ ਪਹਾੜਾਂ 'ਤੇ ਰਹਿੰਦੇ ਆ ਸਿਖਰਾਂ 'ਤੇ ਉਤਰਦੇ ਕਦੋਂ ਆ ਥੱਲੇ ਜਦੋਂ ਤਾਂ ਬਰਫਾਂ ਜੰਮ ਜਾਂਦੀਆਂ ਉਹਨਾਂ ਦੇ ਪੀਣ ਲਈ ਪਾਣੀ ਨਹੀਂ ਹੁੰਦਾ ਤਾਂ ਫਿਰ ਇਹ ਥੱਲੇ ਨੂੰ ਆਉਂਦੇ ਆ ਉਦੋਂ ਉਹਨਾਂ ਦਾ ਮਾੜਾ ਮੋਟਾ ਖਤਰਾ ਹੁੰਦਾ ਸਨੋਅ ਲੈਪੜ ਤੋਂ ਹਾਂ ਦੇਵ ਕਿਵੇਂ ਕੱਲ ਪੁੱਤਰ ਗਏ ਸੀਗੇ ਹਿਕਮ ਕੰਨੀ ਉਹ ਵੀ ਦੱਸ ਦਈਏ ਵੀ ਪ੍ਰਧਾਨ 8 ਹੋਰ ਪਿੰਡ ਦਾ ਉਪ ਪ੍ਰਧਾਨ ਹੋਰ ਪਿੰਡ ਦਾ ਸਮਿਤੀ ਮੈਂਬਰ ਹੋਰ ਪਿੰਡ ਦਾ ਜਿਹੜਾ ਪਿੰਡ ਗਾਂ ਪਿੰਡ ਦਾ ਆਪਣਾ ਕੀ ਆ ਗਿਆ ਇਹ ਗ੍ਰਾਮ ਪੰਚਾਇਤ ਕਿੱਬਰ ਆ ਫਿਰ ਦਾ ਮਤਲਬ ਇਹ ਤਾਂ ਇਹੀ ਹੋਇਆ ਵੀ 2-3 ਪਿੰਡਾਂ ਦੀ ਸਾਂਝੀ ਪੰਚਾਇਤ ਬਣਦੀ ਆ ਸਾਂਝੀਆਂ ਪੰਚਾਇਤਾਂ ਬਣਦੀਆਂ ਪਿੰਡ ਨਿੱਕੇ ਆ ਨਾ ਤਾਂ ਕਰਕੇ ਕਿੱਬਰ ਇਹਨੂੰ ਥੋੜਾ ਜਿਹਾ ਪਿੱਛੇ ਹਟਵਾ ਦੇ ਪਏ ਜਿਹੜਾ ਹੁਣ ਇਹ ਪਿੰਡ ਆ ਕੀ ਇਹ ਗ੍ਰਾਮ ਪੰਚਾਇਤ ਦੀ ਕਿੱਬਰ ਉਹਦੇ ਅੰਦਰ ਆ ਗਿਆ ਉਹਦੇ ਥੱਲੇ ਆ ਗਿਆ ਭਾਈ ਸਹੀ ਆ ਗੱਲ ਚੱਲ ਫਿਰ ਇਸ ਸਮੇਂ ਆਪਣੇ ਫਰੇਮ ਦੇ ਵਿੱਚ ਸਿਰਫ ਤੇ ਸਿਰਫ ਕੀ ਪਿੰਡ ਦੀ ਮਨੈਸਟਰੀ ਦੱਸੀ ਜਾਂਦੀ ਆ ਬੋਧੀਆਂ ਦਾ ਮੰਦਿਰ ਇਹਨੂੰ ਆਪਾਂ ਨੇੜੇ ਜਾ ਕੇ ਦੇਖਾਂਗੇ ਅਤੇ ਪਹਿਲਾਂ ਆਪਾਂ ਪਿੰਡ ਦੇਖੀਏ ਆਹ ਪਿੰਡ ਆ ਵਾਹਵਾ ਦਿਵਿਆ ਹੈ ਨਾ ਉਹ ਤਾਂ ਪਰ ਰੌਣਕ ਜੀ ਨਹੀਂ ਹੁੰਦੀ ਹੈ ਨਾ ਬੰਦੇ ਥੱਲੇ ਕੰਮ ਕੁੰਮ ਜਾ ਵੜਦੇ ਆ ਸਾਰੇ ਜਾਂ ਖੇਤੀ ਕਰਦੇ ਆ ਖੇਤੀ ਚੱਲ ਬਾਹਣ ਥੋੜ੍ਹੇ ਇੱਥੇ ਨੌਕਰੀਆਂ ਬਹੁਤ ਕਰਦੇ ਆ ਨੌਕਰੀ ਪੇਸ਼ੇ ਵਾਲੇ ਆ ਅਤੇ ਇਸ ਪਿੰਡ ਦੇ ਵਿੱਚ ਹੋਮ ਸਟੇਅ ਬਹੁਤ ਬਣੇ ਹੋਏ ਆ ਕਿਉਂਕਿ ਉਹ ਕੀ ਦੇ ਕਰਕੇ ਮਨੈਸਟਰੀ ਦੇ ਕਰਕੇ ਇਹ ਮਸ਼ਹੂਰ ਆ ਪ੍ਰੋਗਰਾਮ ਇਹਨਾਂ ਪਿੰਡਾਂ 'ਚ ਨਾ ਸਕੂਲ ਬਹੁਤ ਪੁਰਾਣੇ ਬਣੇ ਹੋਏ ਆ ਆਹ ਵੇਲਾ ਸਥਾਪਨਾ ਵਰਸ਼ 1963 ਜਿਹੜੇ ਪਿਛਲੇ ਪਿੰਡਾਂ 'ਚ ਦੇਖਿਆ ਉੱਥੇ ਵੀ ਕਿਸੇ 72 ਲਿਖਿਆ ਕਿਸੇ 61 ਲਿਖਿਆ ਪੜ੍ਹਾਈ ਪੜ੍ਹਾਈ ਨੂੰ ਮਾਹੌਲ ਚੰਗਾ ਖੈਰ ਇਹਨਾਂ ਲੋਕਾਂ ਦਾ ਚੱਲ 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 ਲੈ ਲੈ ਖੁਰਾਕ 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 ਖਾਣਾ ਖਤਮ ਆ ਜਾ ਕਾਜੂ ਕਜਵਿੰਦਰਜੋਤ ਅੱਧਾ ਹੋ ਗਿਆ ਮੁੰਡਾ ਕੀ ਮਨਿਸਟਰੀ ਤੱਕ ਨਿਬੇੜ ਹੀ ਦੇਵਾਂਗੇ ਆਪਾਂ ਆਹ ਸਾਹਮਣੇ ਕੀ ਆ ਬਾਈ ਕੀ ਨੂੰ ਇੱਧਰ ਦੀ ਲੰਘ ਹੈ ਆਪਾਂ ਗਾਂਹ ਜਾ ਕੇ ਕੈਂਚੀਆਂ ਚੜ੍ਹ ਕੇ ਮੁੜਾਂਗੇ ਅਤੇ ਉਦੋਂ ਅੱਗੇ ਆਪਾਂ ਕੀ ਤੋਂ ਬਾਅਦ ਆਪਾਂ ਉੱਧਰ ਜਾਵਾਂਗੇ ਚਿਚਮ ਪੁਲ ਵੱਲ ਆਹ ਕੈਂਚੀ ਚੜ੍ਹ ਕੇ ਆਉਂਦੀ ਗੱਡੀ ਇੱਧਰੋਂ ਆਪਾਂ ਆਏ ਹਾਂ ਆਹ ਕੀ ਪਿੰਡ ਦੀਆਂ ਪੈਲੀਆਂ ਵਾਹਣ ਵਾਹੇ ਹੋਏ ਆ ਅਤੇ ਵਿੱਚ ਕੋਈ ਬੀਜਿਆ ਵੀ ਹੋਇਆ ਟਰੈਕਟਰ ਤੋਂ ਸੋਨਾ ਲੀਕਾ ਦੇਖਣ ਨੂੰ ਵਾਹ ਮਿਲਦਾ ਦੇਵਾ ਨਿੱਕੇ ਨਿੱਕੇ ਕੋਠੇ 'ਚ ਪਾਏ ਜਿਹੇ ਮੋਟਰਾਂ ਵਾਲੇ ਕੋਠੇ ਹੁੰਦੇ ਆ ਹੈਗਾ ਕੁਛ ਹੋਰ ਆ ਇਹ ਆਪਾਂ ਹੁਣ ਕੀ ਮਨੈਸਟਰੀ ਦੇ ਵਿੱਚ ਪਹੁੰਚ ਗਏ ਇਹਨਾਂ ਨੇ ਲਿਖਿਆ ਵੀ ਡਰੋਨ ਨਹੀਂ ਲਾਉਣਾ ਦੇਵ ਸਿੰਘ ਇੱਥੇ ਅਤੇ ਗੰਦ ਗੁੰਦ ਨਹੀਂ ਪਾਉਣਾ ਇਹੋ ਜਿਹੀਆਂ ਗੱਲਾਂ ਪਤਾ ਲਿਖੀਆਂ ਹੋਈਆਂ ਚੱਲ ਚੱਲੀਏ ਬਾਈ ਦੇਖੀਏ ਗਾਂ ਦਾ ਹਿਸਟਰੀ ਆਫ ਕੀ ਮਨੈਸਟਰੀ ਇਹ ਵੀ ਪੜ੍ਹਦੇ ਹਾਂ ਜਿੱਥੇ ਉਹ ਟਰੈਕਟਰ ਆਉਂਦਾ ਆਪਾਂ ਉਸ ਰਾਹ ਤੋਂ ਆਏ ਹਾਂ ਆਹ ਚੜ੍ਹਾਈਆਂ ਚੜ੍ਹ ਕੇ ਸਾਹਮਣੇ ਇਸ ਪਿੰਡ ਦੀਆਂ ਪੈਲੀਆਂ ਦਰਿਆ ਸਪਿਤੀ ਪਹਾੜ ਬੱਦਲ ਬਰਫਾਂ ਅਤੇ ਇੱਧਰਲੇ ਪਾਸੇ ਆਪਣੇ ਨਿਗਾਹ ਪਈ ਜਾਂਦੀ ਆ ਮਨੈਸਟਰੀ ਕੀ ਮਨੈਸਟਰੀ ਇਹ ਮਨੈਸਟਰੀ ਬਣੀ ਸੀ ਹੁਣ ਆਪਾਂ ਪਹਿਲਾਂ ਉਚਾਈ ਦੱਸਦੇ ਹਾਂ ਆਪਾਂ 13,500 ਫੁੱਟ ਦੀ ਉਚਾਈ 'ਤੇ ਖੜ੍ਹੇ ਹਾਂ ਬਹੁਤ ਉੱਚੇ ਖੜ੍ਹੇ ਹਾਂ ਅਤੇ ਇਹ ਬਣੀ ਸੀਗੀ 1008 ਦੇ ਵਿੱਚ 11ਵੀਂ ਸਦੀ ਦੇ ਪਹਿਲੇ ਸਾਲਾਂ 'ਚ ਬਣੀ ਆ ਇਹ 1008 'ਚ ਬਣਨੀ ਸ਼ੁਰੂ ਹੋਈ ਦੇਵ ਅਤੇ 1064 'ਚ ਤਾਂ ਕੰਮ ਨਿਬੜਿਆ ਜਿਹੜਾ ਉੱਥੇ ਬੋਰਡ ਲਿਖਿਆ ਉਹਦੇ ਇਤਿਹਾਸ ਲਿਖਿਆ ਹੋਇਆ ਤਾਂ ਸੰਖੇਪ ਜਦੋਂ ਆਪਾਂ ਇਹ ਦੇਖਦੇ ਹਾਂ ਵੀ ਕਾਜ਼ਾ ਦੇ ਨੇੜੇ ਤੇੜੇ ਘੁੰਮਣ ਵਾਲੀਆਂ ਦੇਖਣ ਵਾਲੀਆਂ ਥਾਵਾਂ ਕਿਹੜੀਆਂ ਨੇ ਤਾਂ ਉਹਨਾਂ ਦੇ ਵਿੱਚ ਕੀ ਮਨਿਸਟਰੀ ਦਾ ਪਹਿਲੇ ਨੰਬਰ 'ਤੇ ਥਾਂ ਆਉਂਦਾ ਕਿਉਂਕਿ ਇਹ ਖਾਸ ਜਗ੍ਹਾ ਬੁੱਧ ਧਰਮ ਦੀ ਅਤੇ ਬੋਧੀਆਂ ਦਾ ਇੱਕ ਵੱਡਾ ਇਤਿਹਾਸਕ ਮੰਦਿਰ ਆ ਇਹ ਮਨੈਸਟਰੀ ਨੂੰ ਮੰਦਿਰ ਕਹਿ ਦਿੰਦੇ ਆ ਜਾਂ ਮੱਠ ਕਹਿ ਦਿੰਦੇ ਆ ਆਹ ਇਹੋ ਜਿਹਾ ਲੱਕੜ ਦਾ ਕੰਮ ਕੀਤਾ ਅਤੇ ਆਹ ਕਿਹਨਾਂ ਦਾ ਧਾਰਮਿਕ ਹੁੰਦਾ ਇਹ ਹਰ ਇੱਕ ਥਾਂ 'ਤੇ ਬੰਨਿਆ ਹੁੰਦਾ ਪਵਿੱਤਰ ਥਾਵਾਂ 'ਤੇ ਜਿਨ੍ਹਾਂ ਨੇ ਵੀ ਆਪਣੇ ਸਫ਼ਰ ਦੇਖੇ ਉਹ ਜਾਣਦੇ ਵੀ ਇਹਨਾਂ ਨੂੰ ਮਾਨੇ ਕਹਿੰਦੇ ਆ ਮਾਨੇ ਨੂੰ ਘੁਮਾਉਣਾ ਹੁੰਦਾ ਕਲੋਕ ਵਾਈਜ਼ ਇਸ ਤਰ੍ਹਾਂ ਇਹ ਲੋਟ ਜੇ ਆਪਾਂ ਪੁੱਠੇ ਲੋਟ ਘੁਮਾਉਣੇ ਆ ਤਾਂ ਉਹਨੂੰ ਗਲਤ ਮੰਨਿਆ ਜਾਂਦਾ
ਇਹ ਬੋਧੀ ਮੱਠ 1200 ਸਾਲ ਪੁਰਾਣਾ ਬਣਿਆ ਹੋਇਆ ਅਤੇ ਜਿਹੜੀ ਆ ਬਿਲਡਿੰਗ ਆ ਇਹ ਪੁਰਾਣੀ ਹੈ। ਰੈਨੋਵੇਟ ਤਾਂ ਚੱਲ ਮੁਰੰਮਤ ਤਾਂ ਹੁੰਦੀ ਰਹਿੰਦੀ ਹੈ ਅਤੇ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਵੀ ਅੰਦਰ ਤੁਸੀਂ ਕੋਈ ਫੋਟੋਆਂ ਨਹੀਂ ਖਿੱਚਣੀਆਂ। ਫੋਟੋਗ੍ਰਾਫੀ ਸਾਰੇ ਪਾਸੇ ਇੱਥੇ ਮਨਾਹੀ ਆ ਫੋਟੋਗ੍ਰਾਫੀ 'ਤੇ ਅਤੇ ਆ ਵੀ ਇੱਧਰਲੇ ਪਾਸੇ ਵੀ ਫੋਟੋਗ੍ਰਾਫੀ ਇਜ਼ ਪ੍ਰੋਹਿਬਿਟਡ ਇਨਸਾਈਡ ਦਾ ਟੈਂਪਲ। ਬਾਕੀ ਬਹੁਤੀਆਂ ਗੱਲਾਂ ਬਾਹਰ ਚੱਲ ਕੇ ਕਰਦੇ ਹਾਂ ਇੱਥੋਂ ਦੇ ਸੰਖੇਪ ਜਿਹੜੀ ਇਤਿਹਾਸ ਹੈ ਇੱਥੋਂ ਦਾ। ਮੈਂਟੇਨ ਸਾਇਲੈਂਸ ਰਿਮੂਵ ਯੂਅਰ ਸ਼ੂਜ਼ ਹੇਅਰ। ਚਲੀਏ ਭਾਅ ਜੀ। ਚਲੋ ਭਾਅ ਜੀ। ਮਨੈਸਟਰੀ ਦੇ ਆਪਾਂ ਅੰਦਰ ਜਾ ਕੇ ਆਏ ਹਾਂ। ਅੰਦਰ ਨਿੱਕੇ ਨਿੱਕੇ ਕਮਰੇ ਬਣੇ ਹੋਏ ਆ, ਉਹਨਾਂ ਦੇ ਕਮਰਿਆਂ ਦੇ ਵਿੱਚ ਬਹਿ ਕੇ ਮੈਡੀਟੇਸ਼ਨ ਕਰਦੇ ਆ। ਆਪਾਂ ਜਿਵੇਂ ਕੱਲ੍ਹ ਪਰਸੋਂ ਵੀ ਗੱਲ ਕੀਤੀ ਸੀ ਅੰਤਰ ਧਿਆਨ ਹੋਣਾ, ਇਕਾਗਰਤਾ, ਇਹ ਧਰਮ ਦੇ ਵਿੱਚ ਉਹ ਮੁੱਖ ਗੱਲਬਾਤ ਆ। ਅਤੇ ਉਹਨਾਂ ਨਿੱਕੇ ਨਿੱਕੇ ਕਮਰੇ ਦੇ ਵਿੱਚ ਬਹਿ ਕੇ ਮੈਡੀਟੇਸ਼ਨ ਕਰਦੇ ਆ ਅਤੇ ਉੱਥੇ ਅੰਦਰ ਫੋਟੋਗ੍ਰਾਫੀ ਬਿਲਕੁਲ ਨਹੀਂ ਕਰਨ ਦਿੰਦੇ। ਅਤੇ ਆਪਾਂ ਜਿੱਥੇ ਵੀ ਜਾਂਦੇ ਹਾਂ ਕਿਸੇ ਧਾਰਮਿਕ ਥਾਂ 'ਤੇ, ਆਪਾਂ ਨੂੰ ਇਸ ਗੱਲ ਦਾ ਸਤਿਕਾਰ ਕਰਨਾ ਬਣਦਾ ਹੁੰਦਾ ਵੀ ਆਪਾਂ ਜਿਹੜੀ ਅਗਲੇ ਦੀ ਮਰਿਆਦਾ ਆਪਾਂ ਉਹਦਾ ਪਾਲਣ ਕਰੀਏ, ਅਤੇ ਜੇ ਨਾ ਵੀ ਕਰਾਂਗੇ ਤਾਂ ਫਿਰ ਅਗਲਾ ਉਹ ਵੀ ਫਿਰ ਗਲਤ ਹੋ ਜਾਂਦੀ ਕਹਾਣੀ। ਇਹਦਾ ਇਹਨਾਂ ਨੇ ਲਿਖਿਆ ਹੋਇਆ ਇੱਥੇ ਜਿਹੜਾ ਇਤਿਹਾਸ ਲਿਖਿਆ ਵੀ ਸਾਡੇ 'ਤੇ ਮੰਗੋਲਾਂ ਨੇ ਵੀ ਹਮਲੇ ਕੀਤੇ ਆ, ਅਤੇ ਇਹਨਾਂ ਨੇ ਇੱਕ ਲਿਖਿਆ 1840 ਦੇ ਵਿੱਚ ਸਿੱਖ ਆਰਮੀ ਨੇ ਵੀ ਇਸ ਇੱਥੇ ਆ ਕੇ ਕੋਈ ਹਮਲਾ ਕੀਤਾ, ਇਹ ਗੱਲ ਜ਼ਿਕਰ ਕੀਤਾ। ਅਤੇ 1975 ਦੇ ਵਿੱਚ ਇੱਕ ਵਾਰੀ ਇੱਥੇ ਆਇਆ ਸੀਗਾ ਦੂਜਾ ਭੁਚਾਲ ਆਇਆ ਸੀ, ਭੁਚਾਲ ਨੇ ਇਸ ਮਨੈਸਟਰੀ ਦਾ ਨੁਕਸਾਨ ਕੀਤਾ ਸੀਗਾ। ਅਤੇ ਹੁਣ ਆਪਾਂ ਚੱਲਦੇ ਹਾਂ ਥੱਲੇ ਨੂੰ ਆਪਣੇ ਸਾਈਕਲਾਂ ਵੱਲ। ਠੀਕ ਆ ਭਾਅ ਜੀ, ਠੀਕ ਆ ਜੀ। ਆਪਾਂ ਉਹ ਖਾਲੀਏ ਦੇ ਬੈਠਾ ਬਾ ਉੱਥੇ ਯਾਰ, ਜਿਵੇਂ ਗੁਰੂ ਘਰਾਂ ਦੇ ਵਿੱਚ ਕੀਰਤਨ ਕਰਨਾ ਸਿਖਾਇਆ ਜਾਂਦਾ, ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਆ, ਗੁਰਬਾਣੀ ਪੜ੍ਹਨੀ ਸਿਖਾਈ ਜਾਂਦੀ ਆ, ਉਸੇ ਤਰ੍ਹਾਂ ਜਿਵੇਂ ਇਹ ਵੱਡਾ ਇੱਕ ਧਾਰਮਿਕ ਥਾਂ ਬੁੱਧ ਧਰਮ ਵਾਲਿਆਂ ਨੇ ਇੱਥੇ ਕੀਤਾ ਹੋਇਆ। ਉਹ ਜਿਹੜੀ ਬਿਲਡਿੰਗ ਬਣੀ ਹੋਈ ਆ ਉੱਥੇ ਜਵਾਕ ਨਿਆਣਿਆਂ ਨੂੰ ਧਾਰਮਿਕ ਵਿੱਦਿਆ ਦਿੱਤੀ ਜਾਂਦੀ ਆ। ਬਹੁਤ ਸਾਰੇ ਬੱਚੇ ਇੱਥੇ 250-300 ਜਾਣਾ ਹੈਗਾ ਭਿਕਸ਼ੂ ਆ ਜਿਨ੍ਹਾਂ ਨੂੰ ਪੜ੍ਹਾਉਂਦੇ ਆ, ਬੁੱਧ ਧਰਮ ਨਾਲ ਜੋੜਦੇ ਆ, ਅਤੇ ਧਾਰਮਿਕ ਗੁਰੂ ਆ ਲਾਮਾ ਉਹ ਪੜ੍ਹਾਉਂਦੇ ਆ ਬੱਚਿਆਂ ਨੂੰ। ਹੁਣ ਆਪਾਂ ਚੱਲਦੇ ਹਾਂ ਇਸ ਤੋਂ ਬਾਅਦ ਚੰਬਲ। ਇਹ ਬਾਈ ਹੁਣਾਂ ਦਾ ਸਾਈਕਲ ਆ, ਇਹ ਵੀਰ ਹੁਣੀ ਆਪਾਂ ਨੂੰ ਕੱਲ੍ਹ ਪਰਸੋਂ ਕਾਜਾ ਬਾਜ਼ਾਰ ਦੇ ਵਿੱਚ ਮਿਲੇ ਸੀ। ਇਹ ਹੈਗੇ ਨੇ ਨੀਦਰਲੈਂਡ ਤੋਂ, ਨੀਦਰਲੈਂਡ ਤੋਂ ਘੁੰਮਦੇ ਘੁੰਮਾਉਂਦੇ ਕਾਜ਼ਾ ਫਿਰਦੇ ਆ। ਹਾਊ ਮੈਨੀ ਕੰਟਰੀ ਯੂ ਵਿਜ਼ਿਟ? 16-17 ਦੇਸ਼ ਘੁੰਮਣੇ ਬਾਈ ਹੁਣਾਂ ਨੇ। ਕੀ ਮਿਨਿਸਟਰੀ ਤੋਂ ਬਾਅਦ ਆਪਾਂ ਹੁਣ ਜਾਈ ਜਾਂਦੇ ਹਾਂ ਚਿਚਮ, ਦੁਨੀਆ ਦਾ ਸਭ ਤੋਂ ਉੱਚਾ ਪੁਲ। ਆਹ ਸੜਕ ਜਾਂਦੀ ਆ ਚਿਚਮ ਤੱਕ, ਪੂਰੀ ਕਰੜੀ ਚੜ੍ਹਾਈ ਪੈਣੀ ਆ ਇਹ, ਚਿਚਮ ਤੋਂ ਬਾਅਦ ਉਤਰਾਈ ਦੀ ਸੰਭਾਵਨਾ। ਅਤੇ ਇੱਧਰਲੇ ਪਹਾੜ, ਪਹਾੜਾਂ ਦੇ ਨਾਲ ਵਗਦੇ ਝਰਨੇ। ਆ ਜਾ ਗੱਭਰੂ, ਆ ਜਾ। ਕਿਆ ਬਾਤ ਹੈ, ਕਿਆ ਬਾਤ ਹੈ, ਚਿਚਮ ਪੁਲ ਦੇ ਵੇ, ਏਸ਼ੀਆ ਦਾ ਸਭ ਤੋਂ ਵੱਡਾ ਪੁਲ ਆ ਬਾਈ। ਤੂੰ ਦੁਨੀਆ ਦਾ ਕਹੀ ਜਾਂਦਾ, ਗਲਤ ਜਾਣਕਾਰੀ ਦਿੱਤੀ ਆ ਤੂੰ ਮੈਨੂੰ। ਏਸ਼ੀਆ ਦਾ ਸਭ ਤੋਂ ਉੱਚਾ ਪੁਲ ਆ ਚਿਚਮ। ਚੱਲ ਫਿਰ, ਆਵਾਜ਼ ਵੀ ਨਹੀਂ ਸੁਣਦੀ ਹੋਣੀ ਇੱਥੋਂ ਤਾਂ। ਹਵਾ ਤੇਜ਼ ਬਹੁਤ ਹੋ ਗਈ, ਦਿਓ ਤੇਜ਼ ਹੋ ਗਈ ਅਤੇ ਅੱਗੋਂ ਹੋ ਗਈ। ਆਹ ਪਹਾੜ ਦੇ ਉੱਤੇ ਚੜ੍ਹਨਾ ਆਪਾਂ। ਓ ਉੱਚਾ ਬਾਬਾ ਇਹ ਤਾਂ। ਚੱਲ ਮਿੱਤਰਾ, ਕਿਆ ਬਾਤ ਹੈ, ਹਕਾਰ ਗਿਆ ਵੀਰੇ, ਚੱਲ ਫਿਰ ਚੱਲੀਏ, ਮਿਲ ਗਏ ਚਿਚਮ ਨੂੰ। ਉੱਧਰਲੇ ਪਾਸਿਓਂ ਹਵਾ ਹਿੱਕ ਦੇ ਵੱਜਦੀ ਸੀ, ਹੁਣ ਕੈਂਚੀ ਮੁੜੇ ਹਾਂ, ਹੁਣ ਹਵਾ ਦਾ ਲਾਹਾ ਲਵਾਂਗੇ। ਬਹੁਤ ਸਾਰੀਆਂ ਕੈਂਚੀਆਂ ਚੜ੍ਹ ਕੇ ਆਪਾਂ ਤਾਂ ਆਏ ਹਾਂ। ਇੱਥੇ ਆ ਬਹੁਤ ਸਾਰੇ ਬੋਰਡ ਲੱਗੇ ਹੋਏ ਆ, ਵੈਲੀ ਆਫ ਯਾਕ ਬਰੀਡ ਵੈਲਕਮਸ ਯੂ। ਇੱਥੇ ਯਾਕ ਆ ਕਹਿੰਦੇ, ਐਨੀਮਲ ਹਸਬੈਂਡਰੀ ਡਿਪਾਰਟਮੈਂਟ, ਸਪੀਤੀ ਐਟ ਕਾਜ਼ਾ। ਆ ਇੱਥੇ ਜਾਨਵਰ ਮਿਲਦੇ ਆ, ਸਨੋ ਲੈਪਰਡ, ਰੈੱਡ ਫੋਕਸ, ਆਹ ਕੱਲ੍ਹ ਦੇਖਿਆ ਸੀਗਾ ਆਪਾਂ ਆਥਣੇ ਜੇ ਬਲੂ ਸ਼ੀਪ। ਚਿਚਮ ਇੱਧਰ ਨੂੰ ਆ, ਚਿਚਮ ਵੱਲ ਜਾਣਾ ਆਪਾਂ। 11-25 ਲੋਸਰ 41 ਰਹਿ ਗਿਆ ਕਿੱਬਰ, ਜਿਹੜੇ ਆਹ ਪਿੰਡ ਲਿਖੇ ਹੋਏ ਆ ਇਹ ਉੱਧਰ ਆ ਪਹਾੜ 'ਤੇ। ਆਪਾਂ ਚਿਚਮ ਬ੍ਰਿਜ ਵੱਲ ਜਾਣਾ ਇੱਧਰ ਨੂੰ। ਇੱਧਰ ਆਪਣਾ ਭਾਅ ਜੀ ਗਾਈਡ ਬਣਿਆ ਹੋਇਆ, ਇਹ ਦੱਸਦਾ ਵੀ ਕਿੱਧਰ ਕਿਹੜਾ ਰਾਹ ਜਾਂਦਾ। ਹਵਾ ਇੱਥੇ ਇੰਨੀ ਤੇਜ਼ ਆ, ਸੀਟੀਆਂ ਵੱਜਦੀਆਂ।
ਉਚਾਈ ਆਪਣੀ ਹੁਣ 4100 ਮੀਟਰ ਦੇ ਨੇੜੇ ਤੇੜੇ ਆ। ਆਹ ਬਾਈ ਹੁਣੀ ਦਿੱਲੀ ਤੋਂ ਆ, ਇਹਨਾਂ ਨੇ ਕਾਜ਼ਾ ਤੋਂ ਬਾਈਕ ਲਈ ਆ ਤੇ ਘੁੰਮਣ ਨਿਕਲੇ ਹੋਏ ਆ। ਇਹ ਆਪਣੇ ਨੇੜੇ ਤੇੜੇ ਘੁੰਮੀ ਜਾਂਦੇ ਦੇਵ। ਆਹ ਸਾਹਮਣੇ ਚੋਟੀ ਤੇ ਆਪਾਂ ਨੂੰ ਕਿੱਬਰ ਪਿੰਡ ਦਿਸੀ ਜਾਂਦਾ ਤੇ ਇਧਰਲੇ ਪਾਸੇ ਆਪਣਾ ਚਿਚਮ, ਜਿਹੜਾ ਪੁਲ ਹੈ ਨਾ ਚਿਚਮ, ਉਹ ਇਹਨਾਂ ਦੋਵਾਂ ਪਿੰਡਾਂ ਨੂੰ ਜੋੜਦਾ, ਕਿੱਬਰ ਨੂੰ ਤੇ ਪਿੰਡ ਚਿਚਮ ਨੂੰ। ਫਿਰ ਉਹ ਲੌਸਰ ਨੂੰ ਲੰਘ ਜਾਂਦਾ ਅੱਗੇ। ਦੇਖੋ ਆਪੇ ਰੂਗ ਲਾਉਣੇ ਆਪੇ ਤੇਰੀਆਂ ਦੁਆਵਾਂ, ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਂ। ਜਿਹੜਾ ਤੂੰ ਪਰਲੇ ਪਾਸੇ ਮੂੰਹ ਕਰਕੇ ਆ ਕਹਿਤਾ ਨਾ ਦੇਵ, ਇਸੇ ਚੀਜ਼ ਤੇਰੇ ਮੈਂ ਸੋਚੋ ਤਾਂ ਮੈਂ ਸੁਰ ਲੱਗ ਗਿਆ। ਇੰਜ ਨੀ ਕਰੀਂਦੇ ਕਿਆ ਬਾਤ ਹੈ, ਮੁੰਦਰੀ ਮੁਹੱਬਤਾਂ ਦੀ ਲੱਗ ਪਾਇਆ ਕੱਚ ਦਾ ਚੌਰੀ ਆਵੇ ਤੇ ਇੱਥੋਂ ਨਾ ਪਛਾਣ ਹੋਇਆ ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀ, ਕੱਚ ਨਹੀਂ ਜੜੀਂਦੇ। ਇਸ ਸਮੇਂ ਸਕਰੀਨ ਤੇ ਆਪਣੇ ਸਾਹਮਣੇ ਏਸ਼ੀਆ ਦਾ ਸਭ ਤੋਂ ਉੱਚਾ ਪੁਲ ਆ ਚਿਚਮ ਪੁਲ, ਪਿੰਡ ਚਿਚਮ ਦੇ ਬਾਹਰ ਬਾਹਰ ਬਣਿਆ ਹੋਇਆ। ਇਹ ਨੈਸ਼ਨਲ ਹਾਈਵੇ ਤੇ ਤਾਂ ਨਹੀਂ ਹੈਗਾ, ਇਹ ਤਾਂ ਪਿੰਡਾਂ ਦੀ ਸੜਕ ਤੇ ਬਣਿਆ ਹੋਇਆ ਤੇ ਅੱਗੇ ਇਹਦਾ ਬੋਰਡ ਵੀ ਲੱਗਿਆ ਵਾ ਤੇ ਥੱਲੇ ਇਹਦੇ ਖੱਡ ਬਹੁਤ ਡੂੰਘੀ ਆ। ਉਹ ਸੀ ਇਹ ਕਈ ਮਤਲਬ ਕਈ ਹਜ਼ਾਰ ਕੁ ਫੁੱਟ ਡੂੰਘੀ ਦੱਸਦੇ ਆ ਖੱਡ, ਬਾਕੀ ਆਪਾਂ ਉੱਤੇ ਖੜ ਕੇ ਚਾਕਾ ਬਾਕਾ ਕਰਦੇ ਹਾਂ। ਇੱਧਰਲੇ ਪਾਸੇ ਖਿੱਚਾਂ ਪਾਈਆਂ ਹੋਈਆਂ ਜਿਹੜੀਆਂ ਪੁਲ ਨੂੰ ਬੰਨੀਆਂ ਆ ਕਮਰੇ ਦੇ ਵਿੱਚ, ਚਿਚਮ ਬ੍ਰਿਜ ਆਮ ਪੁਲਾਂ ਵਰਗਾ ਪੁਲ ਆ ਦੋ ਪਿੰਡਾਂ ਨੂੰ ਜੋੜਨ ਵਾਲਾ, ਪਰ ਏਸ਼ੀਆ ਦਾ ਸਭ ਤੋਂ ਉੱਚਾ ਪਿੰਡ ਹੋਣ ਕਰਕੇ ਇੱਥੇ ਯਾਤਰੂ ਆਉਂਦੇ ਆ ਫੋਟੋਆਂ ਫੋਟੋਆਂ ਖਿੱਚਦੇ ਆ। ਹੁਣ ਆਪਾਂ ਟੱਪਦੇ ਹਾਂ ਪਰਲੇ ਪਾਸੇ, ਦੇਖਦੇ ਹਾਂ ਮਾਹੌਲ। ਸਮਾਰ ਕੇ ਕਰਿਆ ਨਹੀਂ ਕੰਮ ਹਜੇ ਇਹਨਾਂ ਨੇ, ਕੱਚ ਰਹਿੰਦੀ ਆ ਲੁੱਕ ਲੱਕ ਨਿਕਲ ਗਈ ਉਤੋਂ। ਚਲੋ ਠੀਕ ਆ, ਖੈਰਾ ਬੁੱਧ ਧਰਮ ਦੇ ਝੰਡੇ ਬੰਨੇ ਹੋਏ ਆ, ਹਵਾ ਤੇਜ਼ ਵਗੀ ਜਾਂਦੀ ਆ ਪੂਰੀ, ਇੱਥੇ ਠੰਡੀ ਵੀ ਹੈ। ਲਓ ਭਾਜੀ ਤੁਹਾਡੀ ਸੇਵਾ, ਧੰਨਵਾਦ ਬੱਚਾ। ਚਿਚਮ ਬ੍ਰਿਜ ਤੇ ਬਹਿ ਕੇ ਆਪਾਂ ਸੈਂਡਵਿਚ ਖਾਣੇ ਸੀ ਤੇ ਪਿਆ, ਲਿਆ ਵੀਰੇ ਬਣਾਤਾ, ਹੋਰ ਬਣ ਰਹਾ ਯਾਰ, ਦੋ ਬੋਲਾ ਥਾ ਦੋ ਆਦਮੀ ਆ ਵੀਰੇ, ਬਣਾ ਦੇ ਮੇਰਾ ਵੀਰ। ਜਿੱਥੇ ਆ ਲੋਹੇ ਦੇ ਰੱਸੇ ਪਾਏ ਹੋਏ ਕਮਰਿਆਂ 'ਚ ਬੰਨੇ ਹੋਏ ਆ, ਉਹ ਕਮਰੇ ਛੱਤ 'ਤੇ ਬੈਠੇ ਹਾਂ ਆਪਾਂ। ਇੱਧਰਲੇ ਪਾਸੇ ਕਿੱਬਰ ਆ ਆਹ ਟਿੱਬੇ ਦੇ ਓਹਲੇ ਜੇ, ਅਤੇ ਚਿਚਮ ਬ੍ਰਿਜ ਦਾ ਇੱਥੋਂ ਪੂਰਾ ਨਜ਼ਾਰਾ ਦਿਸਦਾ, ਅਤੇ ਇੱਧਰਲੇ ਪਾਸੇ ਪਿੰਡ ਚਿਚਮ, ਪਿੰਡ ਦੇ ਨਾਂ 'ਤੇ ਇਹਦਾ ਨਾਂ ਧਰਿਆ ਗਿਆ ਚਿਚਮ। ਇਹ ਪੁਲ ਦੀ ਮੋਟੀ ਮੋਟੀ ਗੱਲਬਾਤ ਇਹ ਵੀ 2003 ਦੇ ਵਿੱਚ ਬਣਨਾ ਸ਼ੁਰੂ ਹੋਇਆ ਅਤੇ 2017 ਦੇ ਵਿੱਚ ਇਹਦਾ ਕੰਮ ਨਿਬੜਿਆ। ਖਰਚਾ ਦੱਸਦੇ ਵੀ ਇਹਤੇ 10 ਕਰੋੜ ਵਾਂਗੂ ਆਇਆ, ਬਾਕੀ ਦੋ ਤਿੰਨ ਥਾਵਾਂ ਤੋਂ ਪੜਿਆ ਇੱਥੇ ਵੀ ਲਿਖਿਆ ਹੋਇਆ ਕੋਈ ਅੱਡੋ ਵੱਡੀ ਜੀ ਲਿਖਿਆ ਹੋਇਆ, ਏਸ਼ੀਆ ਦਾ ਸਭ ਤੋਂ ਉੱਚਾ ਪੁਲ ਆ ਇਹ। ਇਹ ਪੁਲ ਪਿੰਡ ਕਿੱਬਰ ਨੂੰ ਅਤੇ ਪਿੰਡ ਚਿਚਮ ਨੂੰ ਜੋੜਦਾ, ਕਿੱਬਰ ਵਾਲਿਆਂ ਨੂੰ ਜੇ ਲੌਸਰ ਵੱਲ ਜਾਣਾ ਹੋਵੇ ਤਾਂ ਇਹ ਪੁਲ ਹੋ ਕੇ ਟੱਪ ਜਾਂਦੇ ਆ, ਪਹਿਲਾਂ ਉਹਨਾਂ ਨੂੰ ਕਾਜ਼ਾ ਜਾਣਾ ਪੈਂਦਾ ਸੀ, ਸੋ 40 ਕਿਲੋਮੀਟਰ ਦੀ ਵਾਟ ਉਹਨਾਂ ਦੀ ਘੱਟ ਗਈ ਇਹ ਪੁਲ ਬੰਨ ਕਰਕੇ। ਅਤੇ ਬਾਕੀ ਠੀਕ ਆ ਮਾਹੌਲ ਇੱਥੋਂ ਦਾ, ਓਕੇ ਰਿਪੋਰਟ ਕੰਮ। ਜਿਹੜਾ ਇਹਦੇ ਵਿੱਚ ਦੀ ਨਾਲਾ ਵਗਦਾ ਪਾਣੀ ਵਾਲਾ, ਉਹਦਾ ਨਾਮ ਆ ਸਾਂਬਾ ਨਾਲਾ। ਗੂਗਲ ਤਾਂ ਸਪੀਤੀ ਦਿਖਾਉਂਦਾ, ਸਪੀਤੀ ਥੋੜੂ ਉਹਦੇ ਪੇ ਭਾਈ, ਸਪੀਤੀ ਨਾਲਾ ਦਿਖਾਉਂਦਾ ਮੈਂ ਕੀਤੀ ਸੋ ਦੇਖ ਲਾ, ਗੂਗਲ ਕਰਕੇ ਦੇਖ ਲਾ। ਫਿਰ ਸਪੀਤੀ ਨਾਲਾ ਨਹੀਂ ਨਾ, ਨਾਮ ਤਾਂ ਸਾਂਬਾ ਨਾਲਾ ਹੀ ਹੈ ਨਾ, ਆਹ ਵੇਖ ਸਾਂਬਾ ਲਾਂਬਾ ਨਾਲਾ। ਹੈਲੋ ਉੱਠ ਵੀਰ, ਲੈ ਯਾਰ ਤੇਰੇ ਲਈ ਲਿਆਂਦਾ ਸਮਾਨ, ਅਸੀਂ ਬੈਠੇ ਖਾਈ ਪੀ ਜਾਂਦੇ ਸੀ ਤੇ ਵਿਚਾਰਾ ਕੋਲੇ ਬੈਠਾ ਸੀ। ਆ ਲੈ ਝਾਕ ਜੀ ਕਰੀ ਜਾਂਦਾ ਸੀ, ਨਹੀਂ ਖਾਣਾ ਹੁਣ ਵਿਗੜ ਗਿਆ, ਬਲੇਟ ਦੇ ਬਲੇਟ ਦੇ ਬਲੇਟ ਦੇ ਬਲੇਟ ਦੇ। ਕੱਲ੍ਹ ਪਰਸੋਂ ਕੁੱਤੇ ਨੂੰ ਚੋਕਲੇਟ ਪਾਤਾ, ਕਈ ਵੀਰ ਭਰਾਵਾਂ ਨੇ ਦੱਸਿਆ ਵੀ ਭਾਈ ਕੁੱਤੇ ਲਈ ਚੋਕਲੇਟ ਮਾੜਾ ਹੁੰਦਾ, ਐਂ ਗੱਲਾਂ ਪਤਾ ਲੱਗਦੀਆਂ ਹੌਲੀ ਹੌਲੀ।
ਸਾਹਮਣੇ ਇੱਕ ਹਿਮਾਚਲ ਨੰਬਰ ਦੀ ਗੱਡੀ ਆ ਕੇ ਰੁਕੀ ਆ ਤੇ ਵਿੱਚੋਂ ਤਿੰਨ ਚਾਰ ਵੀਰ ਭਰਾ ਉਤਰੇ ਆ ਸਾਰਿਆਂ ਨੂੰ ਆਵਾਜ਼ ਮਾਰੀ ਕਹਿੰਦੇ ਆਦੇ ਨੱਚੀਏ ਤੇ ਜਿਹੜੇ ਬੈਠੇ ਸੀ ਮੁੰਡੇ ਨੱਚਣ ਗਏ ਉਹਨਾਂ ਕੋਲੇ ਚੰਗਾ ਪਾਈ ਜਾਂਦੇ ਆ ਖਰੂ ਜਾ ਖਰੂ ਕੀ ਦੇ ਪਿਆ ਅਸਲ ਦੇ ਵਿੱਚ ਇਹਨਾਂ ਦਾ ਮਿਊਜ਼ਿਕ ਆ ਜਿਹੜਾ ਨਾ ਠੰਡਾ ਜਿਹਾ ਲਾਈਟ ਜਿਹਾ ਮਿਊਜ਼ਿਕ ਆ ਪੰਜਾਬ ਦਾ ਜਿਹੜਾ ਨਾ ਲੋਕ ਨਾਚ ਆ ਜਿਹੜਾ ਭੰਗੜਾ ਰੱਖ ਲਓ ਭੰਗੜਾ ਪੱਟਾਂ ਦੇ ਜ਼ੋਰ ਨਾਲ ਦੇ ਵੀ ਹੌਲੀ ਪਾਇਆ ਹੀ ਨਹੀਂ ਜਾਂਦਾ ਉਹ ਝੂਮਰ ਪੈਂਦਾ ਹੌਲੀ ਹੌਲੀ ਹਨਾ ਝੂਮਰ ਹੌਲੀ ਹੁੰਦਾ ਇੱਥੇ ਨਾ ਦੇਵ ਐਲਟੀਟਿਊਡ ਬਹੁਤ ਆ ਬਾਈ ਤਾਂ ਕਰਕੇ ਠੰਡ ਆ ਆਪਾਂ ਪਾਲ ਕੇ ਜੈਕਟਾਂ ਜੀ ਕੱਢ ਗਏ ਹਾਂ ਹੈਲੋ ਚਿਚਮ ਸੇ ਹੋ ਕਿੱਬਰ ਸੇ ਠੀਕ ਹੈ ਠੀਕ ਹੈ ਸਾਹਮਣੇ ਕਿੱਬਰ ਹੈ ਜਿਹੜਾ ਪੁਲ ਸੀ ਚਿਚਮ ਇੱਥੋਂ ਦਿਸੀ ਜਾਂਦਾ ਉਹ ਪਰਲੇ ਪਾਸੇ ਜਿਹੜੇ ਵਿਰਲੇ ਟਾਵੇਂ ਘਰ ਦਿਸਦੇ ਆ ਉਹ ਕਿੱਬਰ ਆਪਾਂ ਚਿਚਮ ਪਿੰਡ ਦੇ ਵਿੱਚ ਪਹੁੰਚਣ ਵਾਲੇ ਹਾਂ ਅਤੇ ਆਥਣ ਦਾ ਵੇਲਾ ਹੋ ਗਿਆ ਅੱਜ ਦਾ ਟਿਕਾਣਾ ਆਪਾਂ ਕਰਾਂਗੇ ਇੱਥੇ ਚਿਚਮ ਦੇ ਵਿੱਚ ਦੇ ਬਹੁਤ ਬਰਫ਼ ਨੇੜੇ ਆ ਬਾਈ ਇੱਥੇ ਤਾਂ ਕਰਕੇ ਪਾਲਾ ਲੱਗਦਾ ਹੈ ਚਿਚਮ ਪਿੰਡ ਤੋਂ ਚਿਚਮ ਪੁਲ ਇਹੋ ਜਿਹਾ ਦਿਸਦਾ ਹੈ ਆਹ ਚਿਚਮ ਪੁਲ ਤੋਂ ਆਪਾਂ 2.5-3 ਕਿਲੋਮੀਟਰ ਦੂਰ ਖੜ੍ਹੇ ਹਾਂ ਹੁਣ ਇੱਥੋਂ ਇਹੋ ਜਿਹਾ ਬਣਦਾ ਹੈ ਗਾਂਹ ਤੋਂ ਨਹੀਂ ਹੋਣਾ ਆਪਣੇ ਸਾਹਮਣੇ ਪਿੰਡ ਚਿਚਮ ਆ ਅਤੇ ਚਿਚਮ ਦੇ ਵਿੱਚ ਇੱਕ ਹੋਮ ਸਟੇ ਆ ਤਾਰਾ ਟੈਂਟ ਇੱਥੇ ਬਾਹਰ ਲਾ ਨਹੀਂ ਸਕਦੇ ਕਿਉਂਕਿ ਇੱਥੇ ਮਾੜਾ ਮੋਟਾ ਜਾਨਵਰਾਂ ਦਾ ਖਤਰਾ ਦੱਸਿਆ ਇਹਨਾਂ ਨੇ ਹੁਣ ਆਪਾਂ ਤਾਰੇ ਕੋਲ ਚੱਲਦੇ ਹਾਂ ਬੋਦੀ ਵਾਲਾ ਤਾਰਾ ਚੜ੍ਹਿਆ ਘਰ ਘਰ ਹੁਣ ਵਿਚਾਰਾ ਕੁਝ ਲੁੱਟ ਲਈ ਮੈਂ ਪਿੰਡ ਦੇ ਆ ਪੈਂਚਾਂ ਕੁਝ ਲੁੱਟ ਲਈ ਸਰਕਾਰਾਂ ਸਫ਼ਰਾਂ ਦੇ ਵਿੱਚ ਕਈ ਵਾਰੀ ਰਹਿਣ ਦੀ ਖੱਜਲ ਖੁਆਰੀ ਐਂ ਹੁੰਦੀ ਆ ਜਿਹੜਾ ਹੋਮ ਸਟੇ ਅਸੀਂ ਦੇਖ ਕੇ ਮੁੜੇ ਸੀ ਉਹ ਬੰਦ ਆ ਅਤੇ ਅੱਗੇ ਦੀ ਅੱਗੇ ਪੁੱਛੀ ਜਾਂਦੇ ਹਾਂ ਪਿੰਡ ਦੇ ਵਿੱਚ ਅਤੇ ਪਿੰਡ ਦੇ ਵਿੱਚ ਹੋਮ ਸਟੇ ਵਾਲੀ ਕੋਈ ਗੱਲਬਾਤ ਅਜੇ ਤੱਕ ਦਿਸੀ ਨਹੀਂ ਖਾਣ ਪੀਣ ਦਾ ਹੱਲ ਹੋ ਜੇ ਬਾਕੀ ਤੰਬੂ ਲਾ ਲਾਂਗੇ ਤਾਂ ਨੰਗੇ ਦੇ ਪਾਸੇ ਆਹ ਇੱਥੋਂ ਦਾ ਹੈਗਾ 5ਵੀਂ ਤੱਕ ਦਾ ਸਕੂਲ ਆ ਗੌਰਮੈਂਟ ਪ੍ਰਾਇਮਰੀ ਸਕੂਲ ਚਿਚਮ ਅਤੇ ਇੱਧਰ ਕੋਈ ਦਫ਼ਤਰ ਬਣੇ ਹੋਏ ਆ ਹਾਂ ਬੱਸ ਸਟੈਂਡ ਆਹੀ ਹੈ ਦਿਬੇ ਦਾ ਇਹ ਬੱਸ ਚੱਲਦੀ ਕਾਜਾ ਤੋਂ ਕਾਜਾ ਕਿੱਬਰ ਅਤੇ ਆਹ ਚਿਚਮ ਪੁੱਛ ਲੈਂਦੇ ਜੇ ਬੱਸ ਅੱਡਾ ਹੋਇਆ ਤਾਂ ਅੱਗੇ ਉਹ ਬੈਗ ਪੈਕਰ ਆ ਬਾਈ ਇੱਕ ਹੈਲੋ ਹੈਲੋ ਬਾਈ ਜੀ ਕਹਾਂ ਕੇ ਰਹਿਣੇ ਵਾਲੇ ਨੇਪਾਲ ਨੇਪਾਲ ਰਾਤ ਕਹਾਂ ਰੁਕੋਗੇ ਪਿੰਡ ਦੇ ਵਿੱਚ ਚਿਚਮ ਦੇ ਵਿੱਚ ਆਪਾਂ ਨੂੰ ਇੱਥੇ ਇੱਕ ਨਿੱਕਾ ਜਿਹਾ ਹੋਮ ਸਟੇ ਮਿਲ ਗਿਆ ਇੱਥੇ ਆਪਾਂ ਨੂੰ ਤੰਬੂ ਲਾਉਣ ਨੂੰ ਥਾਂ ਦਿੱਤਾ ਬਾਈ ਹੁਣਾਂ ਨੇ ਠੀਕ ਆ ਅਤੇ ਇੱਥੇ ਆ ਵੀਰ ਹੁਣੀ ਮਿਲੇ ਆ ਇਹ ਇੱਧਰ ਟਰੈਕਿੰਗ ਕਰਨ ਲਈ ਆਏ ਆ ਹੈਲੋ ਹਾਊ ਆਰ ਯੂ ਬ੍ਰੋ ਆਮ ਫਾਈਨ ਆਮ ਫਾਈਨ ਵਾਟਸ ਯੂਰ ਨੇਮ ਕ੍ਰਿਸਟੋਫਰ ਫਰੋਮ ਵੇਅਰ ਯੂ ਆਰ ਬੈਲਜੀਅਮ ਬੈਲਜੀਅਮ ਸੋ ਵਾਟਸ ਯੂਰ ਪਰਪਸ ਹੇਅਰ ਟਰੈਕਿੰਗ ਵਿਦ ਮਾਈ ਗਾਈਡ ਇਹ ਬਾਈ ਹੁਣੀ ਬੈਲਜੀਅਮ ਤੋਂ ਇੱਥੇ ਟਰੈਕਿੰਗ ਕਰਨ ਆਏ ਆ ਅਤੇ ਇਹ ਵੀਰ ਹੁਣੀ ਇੱਥੋਂ ਦੇ ਗਾਈਡ ਨੇ ਆਪ ਪਿੰਨ ਵੈਲੀ ਮੈਂ ਉੱਥੇ ਹੋ ਪਿੰਨ ਪਾਰਵਤੀ ਵੋ ਟਰੈਕ ਕੇ ਬਾਰੇ ਮੈਂ ਹਮ ਵੀ ਸੋਚ ਰਹੇ ਹਾਂ ਅੱਛਾ ਹੁਆ ਮਿਲ ਗਿਆ ਆਪਕਾ ਨੰਬਰ ਲੈ ਲੇਂਗੇ ਬਿਲਕੁਲ ਨਾਈਸ ਟੂ ਮੀਟ ਯੂ ਕ੍ਰਿਸਟੋਫਰ ਯਾ ਨਾਈਸ ਟੂ ਮੀਟ ਯੂ ਮੈਨ ਯੂ ਆਈ ਪ੍ਰੋਨਾਉਂਸ ਯੂਰ ਨੇਮ ਕਰੈਕਟ ਯੈਸ ਦੈਟਸ ਵੈਰੀ ਕਰੈਕਟ ਵਾਟਸ ਯੂਰ ਨੇਮ ਮਾਈ ਨੇਮ ਇਜ਼ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਪਾਲ ਸਿੰਘ ਪਾਲ ਸਿੰਘ ਪਾਲ ਸਿੰਘ ਹਾਂ ਐਮੀ Oh yeah, Emmy. In my language that's a girl's name. Chal bhai gaddiye tambu. Eh pind de vich jadon vade te koi bala changa bande ni takre. ਉਹੋ ਜਿਹੇ ਟੱਕਰੇ ਜਿਹੜੇ ਜਵਾਬ ਜੋ ਦੇਣ ਵਾਲੇ ਨਹੀਂ ਹੁੰਦੇ ਪਿੰਡ ਦੀ ਫਿਰਨੀ ਤੇ ਬੈਠੇ ਆ ਪਰ ਇਸ ਘਰੇ ਜਦੋਂ ਆਏ ਆ ਤੇ ਇਹਨਾਂ ਨੇ ਕਿਹਾ ਵੀ ਟੈਂਟ ਲਾ ਸੀ ਕਿ ਟੈਂਟ ਲਾ ਲੈਨੇ ਆ ਪੈਸੇ ਦੇ ਦਾਂਗੇ ਕਹਿੰਦੇ ਕੋਈ ਪੈਸਿਆਂ ਦੀ ਲੋੜ ਨਹੀਂ ਸਗਾਂ ਦੀ ਚਾਹ ਵੀ ਫੜਾਈ ਆ ਤੇ ਕਹਿੰਦੇ ਰੋਟੀ ਵੀ ਖਵਾ ਦਾਂਗੇ ਇਹੋ ਜਿਹੇ ਬੰਦੇ ਚੰਗੇ ਬੰਦੇ ਹਰੇਕ ਥਾਂ ਮਿਲਦੇ ਹੁੰਦੇ ਆ ਹੁਣ ਚਿਚਮ ਪਿੰਡ ਜਦੋਂ ਆਪਾਂ ਯਾਦ ਕਰਾਂਗੇ ਤਾਂ ਇਹ ਕਰਕੇ ਇਹਨਾਂ ਕਰਕੇ ਯਾਦ ਕਰਾਂਗੇ ਇੱਥੇ ਆਪਾਂ ਤੰਬੂ ਲਾ ਲਿਆ ਅੱਜ ਦੀ ਰਾਤ ਇਸ ਪਿੰਡ ਦੇ ਵਿੱਚ ਰਵਾਂਗੇ ਤੇ ਕੱਲ੍ਹ ਨੂੰ ਚੱਲਾਂਗੇ ਆਪਾਂ ਅਗਲੇ ਸਫ਼ਰਾਂ 'ਤੇ ਲੌਸਰ ਵੱਲ ਨੂੰ ਫਿਰ ਅੱਗੇ ਕੁੰਜਮ ਪਾਸ ਵੱਲ ਨੂੰ ਠੀਕ ਆ ਬਾਈ ਦੇਵ ਕੁਦੇ ਕਿਹਨੂੰ ਬੋਲਦੇ ਵੀ ਜੇ ਕਿਸੇ ਚਿਚਮ ਰਾਤ ਰਹਿਣਾ ਹੋਵੇ ਨਾ ਉੱਤੇ ਨਾ ਗਾਂਹ ਵੱਡਾ ਸਾਰਾ ਬੋਰਡ ਲੱਗਿਆ ਹੋਇਆ ਇੱਕ ਉਹ ਕੰਮ ਆ ਉੱਚੀ ਦੁਕਾਨ 'ਤੇ ਫੀਕਾ ਪਕਵਾਨ ਤਾਰਾ ਹੋਮ ਸਟੇ ਉੱਥੇ ਆਉਣ ਦੀ ਲੋੜ ਨਹੀਂ ਕਿਸੇ ਨੂੰ ਅੰਮ੍ਰਿਤ ਆਪ ਇਹਨੂੰ ਲੈ ਮਾੜਾ ਜਿਹਾ ਵੀਡੀਓ 'ਚ ਆਹ ਇੱਕ ਜਗ੍ਹਾ ਦਾ ਨਾਮ ਆ ਕੌਣਚੱਕ ਹੋਮ ਸਟੇ ਕੌਣਚੱਕ ਹੋਮ ਸਟੇ ਕਦੇ ਵੀ ਮੌਕਾ ਮਿਲੇ ਤਾਂ ਇੱਥੇ ਇਹਨਾਂ ਕੋਲ ਆ ਕੇ ਜ਼ਰੂਰ ਰਹੋ ਮਿਲਦੇ ਹਾਂ ਆਪਾਂ ਕੱਲ੍ਹ ਨੂੰ ਨਵੀਂ ਵੀਡੀਓ ਨਵੇਂ ਸਫ਼ਰਾਂ ਦੇ ਨਾਲ ਸੂਰਜ ਬਹੁਤ ਸੋਹਣਾ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ